ਕੱਲ ਬੇਟਾ ਆਪਾਂ ਨਿਊਕਲੀਅਰ ਕੋਰਸ ਬਾਰੇ ਡਿਸਕਸ਼ਨ ਕਰ ਰਹੇ ਸੀ। ਹੁਣ ਆਪਾਂ ਗੱਲ ਕਰਨੀ ਆ ਕੁਛ ਬੇਸਿਕ ਟਰਮ ਸਾਫ ਦੇਖ ਰਹੇ ਹਾਂ ਕਲੀਅਰਲੀ ਸਾਨੂੰ ਓਬਜ਼ਰਵ ਹੋ ਰਿਹਾ ਕਿ ਡਿਫਰੈਂਟ ਨਿਊਕਲੀਆਈ ਦਾ ਮਾਸ ਨੰਬਰ ਡਿਫਰੈਂਟ ਹੈ ਨਾ। ਹੁਣ ਜਿੱਦਾਂ ਆਪਾਂ ਕੱਲ ਹੀ ਗੱਲ ਕੀਤੀ ਸੀ ਤਿੰਨਾਂ ਦਾ ਮਾਸ ਨੰਬਰ ਅਲੱਗ ਹੈ, ਤਿੰਨਾਂ ਦਾ ਰੇਡੀਅਸ ਵੀ, ਨਿਊਕਲੀਅਸ ਦਾ ਰੇਡੀਅਸ ਵੀ ਡਿਫਰੈਂਟ ਹੈ, ਠੀਕ ਹੈ। ਮਾਸ ਨੰਬਰ ਤੇ ਡਿਪੈਂਡ ਕਰਦਾ, ਪਰ ਜਦੋਂ ਗੱਲ ਆਉਂਦੀ ਹੈ ਆਰਕੀਓਲੋਜੀਕਲ ਤੇ ਅਬਜ਼ਰਵ ਕਰਤਾ, ਨੋਟ ਕੀਤਾ, ਯਾਦ ਰੱਖ ਲੈਣਾ। ਹੁਣ ਹੈ ਨਿਊਕਲੀਅਰ ਡੈਂਸਿਟੀ, ਨਿਊਕਲੀਅਰ ਡੈਂਸਿਟੀ ਜੋ ਹੈ, ਡੈਂਸਿਟੀ ਵੈਸੇ ਤਾਂ ਕੀ ਹੁੰਦੀ ਹੈ,
मास पर यूनिट वॉल्यूम, जे ये न्यूक्लियर डेंसिटी है तो ऊपर आएगा मास ऑफ न्यूक्लियस, नीचे आ जाएगा वॉल्यूम ऑफ न्यूक्लियस। न्यूक्लियर डेंसिटी मतलब जनरली अस ये मान के चलते हैं कि जरा न्यूक्लियस होंगे वो स्फेरिकल शेप की फॉर्म होंगे, तो स्फेरिकल शेप वाला जरा न्यूक्लियस है उसका वॉल्यूम स्फीयर वाला होगा। ये तो गल समझ आ गई। ਹੁਣ ਆ ਗਿਆ ਕੁਐਸਚਨ ਮਾਈਂਡ ਜਾਂਦਾ ਕਿ ਨਿਊਕਲੀਅਸ ਦਾ ਮਾਸ ਕਿੱਥੋਂ ਆਏਗਾ, ਕਿਉਂ ਹੋਏਗਾ, ਕਿਸ ਦੇ ਕਾਰਨ ਹੋਏਗਾ, ਹਨਾ। ਤਾਂ ਦੇਖੋ ਵੈਸੇ ਅਸੀਂ ਕਹਿੰਦੇ ਆ ਕਿ ਨਿਊਕਲੀਅਸ ਦੇ ਅੰਦਰ ਕੌਣ ਹੁੰਦੇ ਆ, ਤੋ ਐਮਪੀ ਹੈ ਮਾਸ ਆਫ ਪ੍ਰੋਟੋਨ, ਐਮ ਐਨ ਹੈ ਮਾਸ ਆਫ ਨਿਊਟ੍ਰੋਨ, ਔਰ ਵੈਸੇ ਟੈਕਨੀਕਲੀ ਪ੍ਰੋਟੋਨ ਦਾ ਮਾਸ ਨਿਊਟ੍ਰੋਨ ਨਾਲੋਂ ਹਲਕਾ ਜਿਹਾ ਘੱਟ ਹੁੰਦਾ, ਥੋੜਾ ਘੱਟ ਹੁੰਦਾ। ਬਟ ਇਸ ਆਰਟੀਕਲ ਚ ਨਿਊਕਲੀਅਰ ਡੈਂਸਿਟੀ ਵਾਲੇ ਆਰਟੀਕਲ ਚ ਅਸੀਂ ਮੰਨ ਲੈਂਦੇ ਹਾਂ ਕਿ ਐਮ ਪੀ ਅਪਰੋਕਸੀਮੇਟਲੀ ਐਮ ਐਨ ਦੇ ਬਰਾਬਰ, ਪ੍ਰੋਟੋਨ ਔਰ ਨਿਊਟ੍ਰੋਨ ਦੇ ਮਾਸ ਚ ਕੋਈ ਲੰਬਾ ਚੌੜਾ ਜ਼ਿਆਦਾ ਫਰਕ ਨਹੀਂ ਹੈ, ਆਲਮੋਸਟ ਸੇਮ ਹੈ। ਤਾਂ ਆਪਾਂ ਇਸ ਆਰਟੀਕਲ ਚ ਮੰਨ ਕੇ ਜਾਂਦੇ, ਪਰ ਜੇ ਅਸੀਂ ਬਿਲਕੁਲ ਪ੍ਰਿਸਾਈਜ਼ਲੀ ਦੇਖੀਏ ਤਾਂ ਪ੍ਰੋਟੋਨ ਦਾ ਮਾਸ ਨਿਊਟ੍ਰੋਨ ਤੋਂ ਘੱਟ ਹੁੰਦਾ, ਥੋੜਾ ਘੱਟ ਹੁੰਦਾ। ਬਟ ਇਸ ਆਰਟੀਕਲ ਲਈ ਅਸੀਂ ਮਾਸ ਆਫ ਪ੍ਰੋਟੋਨ ਦੇ ਮਾਸ ਆਫ ਨਿਊਟ੍ਰੋਨ ਸੇਮ ਲੈਣਾ, ਔਰ ਉਹ ਕਿਹਦੇ ਬਰਾਬਰ ਲੈਣਾ, ਮਾਸ ਨੰਬਰ ਆਰ ਕੀ ਹੈ ਰੇਡੀਅਸ,
ਉਹਨੂੰ 3 ਉੱਪਰ ਐਮ ਏ 4 ਪਾਈ ਹੁਣ ਪੜ੍ਹ ਕੇ ਆਏ ਹਾਂ ਕਿ ਕਿਸੇ ਵੀ ਨਿਊਕਲੀਅਸ ਦਾ ਰੇਡੀਅਸ ਕੀ ਹੁੰਦਾ ਉਸ ਤੇ ਆਰ ਨਾਟ ਏ ਰੇਜ ਟੂ ਪਾਵਰ 1/3 ਐਮ ਏ 4 ਪਾਈ ਆਰ ਨਾਟ ਕਿਊ ਆਪਾਂ ਜੇ ਡੈਂਸਿਟੀ ਨੂੰ ਮੈਜਰ ਕਰਨ ਦੀ ਕੋਸ਼ਿਸ਼ ਕਰੀਏ 3 × 1.67 × 10⁻²⁻⁷ 4 × 22/7 ਕਰਤਾ ਤੇ ਆਰ ਨਾਟ ਕਿਊਬ ਹੈ 1.1 × 10⁻²⁰⁵ 15 1.1 ਫਰਮੀ ਜਾਂ 1.2 ਫਰਮੀ ਗਿਆ ਸੀ ਨਾ ਤੁਹਾਨੂੰ ਤੋ 2188 × 1.1 ਦਾ ਕਿਊਬ ਤੇ ਨਾਲ 1.67 ਵੀ ਉੱਪਰ ਹੈ 21 × 1.67 ਤੇ ਆਹ ਬਣ ਗਿਆ 45 −45 ਉੱਪਰ ਜਾ ਕੇ +45 × 10⁻¹⁸ ਹੁਣ ਆਹ ਪੋਰਸ਼ਨ ਨੂੰ ਸੋਲਵ ਕਰਕੇ ਤੁਸੀਂ ਦੇਖ ਸਕਦੇ ਕਰੋ ਤੇ ਕੈਲਕੂਲੇਟਰ ਨਾਲ ਕਰੋ ਨੂੰ ਪਹਿਲਾਂ 21 ਨੂੰ 1.67 ਨਾਲ ਮਲਟੀਪਲਾਈ ਕਰੋ ਕਰ ਲਿਆ ਆਨਸਰ ਜੋ ਆਨਸਰ ਆਇਆ ਉਹਨੂੰ 88 ਨਾਲ ਡਿਵਾਈਡ ਕਰੋ ਆ ਗਿਆ ਉਸ ਆਨਸਰ ਨੂੰ ਫਿਰ 1.1 ਨਾਲ ਡਿਵਾਈਡ ਕਰੋ ਆ ਗਿਆ ਫਿਰ ਉਹਨੂੰ 1.1 ਨਾਲ ਡਿਵਾਈਡ ਕਰੋ ਫਿਰ ਉਹਨੂੰ 1.1 ਨਾਲ ਤਿੰਨ ਵਾਰੀ 1.1 ਨਾਲ ਡਿਵਾਈਡ ਕਰੋ ਇੰਟੂ 10 ਕਰ ਦਿਓ ਮਤਲਬ ਨਿਊਕਲੀਅਸ ਦੇ ਅੰਦਰ ਜਿਹੜੇ ਆਬਜੈਕਟਸ ਹੈ ਨਿਊਕਲੀਅਸ ਹੈ ਬਹੁਤ ਹੀ ਜ਼ਿਆਦਾ ਡੈਂਸਲੀ ਪੈਕਡ ਹੈ
ਤੁਸੀਂ ਇਹ ਡੈਂਸਿਟੀ ਨੂੰ ਸਮਝ ਸਕਦੇ ਆ ਦੇਖੋ ਇਹ 1 ਲੱਖ ਹੁੰਦਾ ਨਾ ਇਹ 10 ਲੱਖ ਹੋ ਗਿਆ ਤੇ 1 ਕਰੋੜ ਹੋ ਗਿਆ ਆਪਾਂ ਆਪਣੀ ਭਾਸ਼ਾ ਚ ਗੱਲ ਕਰ ਇਹ 10 ਕਰੋੜ ਹੋ ਗਿਆ ਇਹ 100 ਕਰੋੜ ਹੋ ਗਿਆ 100 ਕਰੋੜ ਨੂੰ 1 ਅਰਬ ਕਹਿ ਦਿੰਦੇ ਹਨਾ ਜ਼ਿਆਦਾ ਡੈਂਸਲੀ ਪੈਕਡ ਹੈ
ਨਿਊਕਲੀਅਰ ਡੈਂਸਿਟੀ ਜੇ ਕੰਪੈਰੀਜ਼ਨ ਕਰੀਏ। ਸੋ ਹੁਣ ਬੇਟਾ ਆਪਾਂ ਵੈਲਿਊ ਯਾਦ ਰੱਖ ਲਈ ਬਹੁਤ ਹੈ। ਤੋ ਇੱਕ ਹੋਰ ਇੰਟਰਸਟਿੰਗ ਗੱਲ ਕੀ ਨਜ਼ਰ ਆਈ ਦੇਖੋ ਇੱਥੇ ਕਿ ਜਿਹੜਾ ਨਿਊਕਲੀਅਰ ਰੇਡੀਅਸ ਹੈ ਆਹ ਦੇਖੋ ਨਿਊਕਲੀਅਰ ਰੇਡੀਅਸ ਡਿਪੈਂਡ ਕਰਦਾ ਵਾ ਮਾਸ ਨੰਬਰ ਤੇ। ਮਤਲਬ ਡਿਫਰੈਂਟ ਨਿਊਕਲੀਆਈ ਦਾ ਮਾਸ ਨੰਬਰ ਡਿਫਰੈਂਟ ਹੈ ਤੋ ਰੇਡੀਅਸ ਵੀ ਡਿਫਰੈਂਟ ਹੈ। ਪਰ ਜਿਹੜੀ ਨਿਊਕਲੀਅਰ ਡੈਂਸਿਟੀ ਹੈ ਇਹਦਾ ਫਾਰਮੂਲਾ ਜਦੋਂ ਆਉਣਾ ਲਾਸਟ ਤੇ ਆਇਆ ਤਾਂ ਇਹਦੇ ਵਿੱਚ ਮਾਸ ਨੰਬਰ ਖਤਮ ਹੋ ਚੁੱਕਾ। ਆ ਜਿੰਨੀਆਂ ਵੀ ਟਰਮਸ ਹੈ 3, 4, 5 ਮਾਸ ਮਾਸ ਆਫ ਨਿਊਕਲੀਅਨ ਆਰ ਨੋਟ ਇਹ ਸਭ ਕੋਂਸਟੈਂਟ ਹੈ। ਮਤਲਬ ਇੱਥੇ ਮੰਨ ਕੇ ਚੱਲਦੇ ਹਾਂ ਕਿ ਆਲਮੋਸਟ ਹਰ ਨਿਊਕਲੀਅਸ ਦੀ ਨਿਊਕਲੀਅਰ ਡੈਂਸਿਟੀ ਸੇਮ ਹੈ, ਉਹਦੇ ਚ ਕੋਈ ਫਰਕ ਨਹੀਂ ਹੈ। ਤੋ ਪੇਪਰ ਚ ਆ ਸਕਦਾ ਇੱਕ ਤਾਂ ਡਿਰਾਈਵ ਐਨ ਐਕਸਪ੍ਰੈਸ਼ਨ ਫੋਰ ਨਿਊਕਲੀਅਰ ਡੈਂਸਿਟੀ ਆਫ, ਦੂਸਰਾ ਆ ਸਕਦਾ ਵਾ ਕਿ ਸ਼ੋ ਕਰੋ ਕਿ ਨਿਊਕਲੀਅਰ ਡੈਂਸਿਟੀ ਇਜ਼ ਇੰਡੀਪੈਂਡੈਂਟ ਆਫ ਮਾਸ ਨੰਬਰ, ਤੀਸਰਾ ਆ ਸਕਦਾ ਕਿ ਸ਼ੋ ਕਰੋ ਨਿਊਕਲੀਅਰ ਡੈਂਸਿਟੀ ਸੇਮ ਫੋਰ ਆਲ ਨਿਊਕਲੀਅਰ ਵੀ ਹਰ ਨਿਊਕਲੀਅਸ ਲਈ ਸੇਮ ਹੁੰਦੀ ਹੈ। ਤੋ ਉਹ ਇਹੀ ਆਰਟੀਕਲ ਕਰਨਾ ਇੰਪੋਰਟੈਂਟ। ਤੋ ਆਹ ਫਾਰਮੂਲਾ ਵੀ ਇੰਪੋਰਟੈਂਟ ਹੈ ਨਮੈਰੀਕਲਸ ਲਈ ਤੇ ਨਿਊਕਲੀਅਰ ਡੈਂਸਿਟੀ ਕੋਂਸਟੈਂਟ ਹੁੰਦੀ ਹੈ ਸੇਮ ਫੋਰ ਡਿਫਰੈਂਟ ਨਿਊਕਲੀਆਈ। ਸੋ ਇਹ ਵੀ ਇੰਪੋਰਟੈਂਟ। ਹੁਣ ਇਸ ਡੈਰੀਵੇਸ਼ਨ ਨੂੰ ਕਰਦੇ ਹੋਏ ਆਪਾਂ ਕੀ ਮੰਨ ਕੇ ਚੱਲਦੇ ਸੀ ਪੁੱਤਰ ਕਿ ਨਿਊਕਲੀਅਸ ਦੇ ਅੰਦਰ ਪ੍ਰੋਟੋਨਸ ਤੇ ਨਿਊਟ੍ਰੋਨਸ ਦਾ ਮਾਸ ਆਲਮੋਸਟ ਸੇਮ ਹੈ, ਪਰ ਆਪਾਂ ਹੁਣ ਉਸ ਫਰਕ ਨੂੰ ਥੋੜਾ ਜਿਹਾ ਮਿਟਾਉਣ ਲੱਗੇ ਹਾਂ। ਤਾਂ ਹੁਣ ਇੱਕ ਟਰਮ ਆਣੀ ਹੈ ਸਾਡੇ ਸਾਹਮਣੇ ਮਾਸ ਡਿਫੈਕਟ। ਮੰਨ ਲਓ ਜੋ ਅਸੀਂ ਜਨਰਲੀ ਅਬਜ਼ਰਵ ਕਰਦੇ ਹਾਂ ਉਹ ਕੀ ਹੈ ਕਿ ਸਾਡੇ ਕੋਲ ਇੱਕ ਕੈਰੀ ਬੈਗ ਹੈ, ਹੈਨਾ, ਜਾਂ ਕੈਰੀ ਬੈਗ ਛੱਡ ਹੀ ਦਈਏ ਕਿ ਮੰਨ ਲਓ ਬਈ ਸਾਡੇ ਕੋਲ ਕੁਛ ਸਮਾਨ ਹੈ ਜਿਹਦੇ ਵਿੱਚ ਅਲੱਗ ਅਲੱਗ ਕੁਆਂਟਿਟੀ, ਮਤਲਬ ਅਲੱਗ ਅਲੱਗ ਥਿੰਗਸ ਹੈ, ਆਬਜੈਕਟਸ ਹੈ। ਜਿੱਦਾਂ ਕਿ ਮੰਨ ਲਓ 2 ਕਿਲੋ ਐਪਲ ਹੈ, ਹੈਨਾ, 4 ਕਿਲੋ ਬਦਾਨਾ ਵਾ ਆਪਣਾ ਕੇਲੇ ਹੈ, ਇੱਦਾਂ ਹੀ 8 ਕਿਲੋ ਅੰਬ ਹੈ। ਤੋ ਅਗਰ ਸਾਨੂੰ ਕੋਈ ਕਵੇ ਕਿ ਟੋਟਲ ਮਾਸ ਕਿੰਨਾ ਹੋਏਗਾ ਤਾਂ ਬੜਾ ਸਿੰਪਲ ਜਿਹਾ ਲੌਜਿਕ ਹੈ, ਕੀ ਕਰਾਂਗੇ ਆਪਾਂ ਸਾਰਿਆਂ ਦੇ ਮਾਸਿਸ ਨੂੰ ਐਡ ਕਰਕੇ। ਤੋ ਹੁਣ ਅਗਰ 2 ਕਿਲੋ ਐਪਲ ਹੈ, 4 ਕਿਲੋ ਬਨਾਨਾ ਵਾ, 8 ਕਿਲੋ ਮੈਂਗੋ ਖਰੀਦ ਲਏ, ਤਾਂ ਤਿੰਨਾਂ ਨੂੰ ਮਿਲਾ ਕੇ ਟੋਟਲ ਮਾਸ ਕਿੰਨਾ ਹੋਣਾ ਚਾਹੀਦਾ, 14 kg, 14 ਕਿਲੋ, ਹੈਨਾ। ਪਰ ਜੇ ਮੰਨ ਲਓ ਅਸੀਂ ਕੀ ਦੇਖੀਏ
ਕਿ ਜਦੋਂ ਐਪਲ ਅਲੱਗ ਹੈ, ਬਨਾਨਾ ਅਲੱਗ ਹੈ, ਮੈਂਗੋ ਅਲੱਗ ਹੈ, ਉਹ ਹੈ 2, 4 ਤੇ 8। ਜਿੱਦਾਂ ਹੀ ਮਿਕਸ ਕੀਤਾ ਤਾਂ ਮਾਸ 14 kg, ਉਮੀਦ ਸੀ ਵੀ ਇੰਨਾ ਹੀ ਹੋਣਾ ਚਾਹੀਦਾ, ਪਰ ਉਹ 14 ਤੋਂ ਘੱਟ ਆਏ ਤਾਂ ਇਹਦਾ ਮਤਲਬ ਅਸੀਂ ਕੀ ਸੋਚਾਂਗੇ ਬਈ ਜਾਂ ਘੱਟ ਪਾਇਆ ਜਾਂ ਜਦੋਂ ਕੱਲਾ ਕੱਲਾ ਨੋਟ ਕੀਤਾ ਤਾਂ ਸਹੀ ਆਇਆ, ਪਰ ਜਿੱਦਾਂ ਹੀ ਮਿਕਸ ਕਰਕੇ ਨੋਟ ਕੀਤਾ ਘੱਟ ਆਇਆ। ਇਟ ਮੀਨਸ ਕੁਛ ਤਾਂ ਗੜਬੜ ਹੋ ਰਹੀ ਹੈ ਨਾ ਬਈ, ਮਾਸ ਘੱਟ ਕਿਉਂ ਗਿਆ, ਕਿੱਥੇ ਗਿਆ? ਕੱਲਾ ਕੱਲਾ ਨੋਟ ਕੀਤਾ ਤਾਂ ਸਹੀ ਆ ਰਿਹਾ, ਜੋੜ ਕੇ ਸਾਰਿਆਂ ਨੂੰ ਮਿਲਾ ਕੇ ਕੀਤਾ ਗੜਬੜ ਹੋ ਰਹੀ ਹੈ ਨਾ। ਇਸ ਗੱਲ ਨੂੰ ਥੋੜਾ ਬੈਟਰ ਵੇ ਨਾਲ, ਹੋਰ ਵਧੀਆ ਤਰੀਕੇ ਨਾਲ ਸਮਝਣਾ ਆਪਾਂ ਕਿ ਇਹ ਜਿਹੜੇ ਐਪਲ ਬਨਾਨਾ ਵਾਲਾ ਕੇਸ ਹੈ ਇਹਨੂੰ ਛੱਡ ਦੇਣਾ। ਹੁਣ ਆਪਾਂ ਇੱਕ ਪ੍ਰੈਕਟੀਕਲ ਜਿਹੜੀ ਰਿਐਲਿਟੀ ਹੈ ਉਹ ਗੱਲ ਕਰਨ ਲੱਗੇ ਹਾਂ, ਔਰ ਉਹਦੇ 'ਚ ਪ੍ਰੈਕਟੀਕਲੀ ਤੁਸੀਂ ਚੈੱਕ ਵੀ ਕਰ ਸਕਦੇ। ਕਿੱਦਾਂ ਚੈੱਕ ਕਰ ਸਕਦੇ ਹਾਂ? ਵੀ ਮੰਨ ਲਓ ਤੁਹਾਡੇ ਕੋਲ ਜਿਹੜਾ ਫਿਜ਼ੀਕਲ ਬੈਲੈਂਸ ਹੈ ਤਕੜੀ ਹੈ, ਬੜੀ ਵਧੀਆ ਹੈ, ਐਕੂਰੇਟ ਹੈ, ਤੁਸੀਂ ਵੀ ਬੜਾ ਸੀਰੀਅਸਲੀ ਕੰਮ ਕਰ ਰਹੇ ਹਾਂ, ਤਾਂ ਤੁਸੀਂ ਇੱਕ ਦਿਨ ਮੰਨ ਲਓ ਘਰ ਸੋਚਿਆ ਵੀ ਆਪਾਂ ਨਾ ਰਸੋਈ ਦੇ ਵਿੱਚ ਕਿਚਨ 'ਚ ਕੜਾਹ ਬਣਾਈਏ ਹੈ ਨਾ। ਹੁਣ ਕੜਾਹ ਬਣਾਉਣ ਦੇ ਲਈ ਜਿਹੜੇ ਉਹਦੇ ਇੰਗਰੀਡੀਐਂਟਸ ਹੈ, ਜਿੱਦਾਂ ਕਿ ਸੂਜੀ ਹੈ, ਉਹ ਨੋਟ ਕਰ ਲਏ ਹੈ ਨਾ, ਫਿਰ ਉਹ ਤਾਂ ਨੋਟ ਕਾਪੀ ਦੇ ਸਾਈਡ ਤੇ ਆ, ਕੜਾਹ ਬਣਾਈਏ ਥੋੜਾ ਜਿਹਾ। ਵੀ ਮੰਨ ਲਓ ਕੜਾਹ ਬਣਾਉਣ ਲਈ ਜਿਹੜੀ ਸੂਜੀ ਹੈ ਉਹ ਆਪਾਂ ਲੈ ਲਈ 1/2 kg, ਠੀਕ ਹੈ। ਸ਼ੂਗਰ ਲੈ ਲਈ ਉਹ ਵੀ 1/2 kg ਪਾ ਦਿੱਤੀ, ਮੰਨ ਲਓ ਘਿਓ ਹੈ ਉਹ 250 ਗ੍ਰਾਮ ਪਾ ਦਿੱਤਾ, ਬਾਕੀ ਤੁਹਾਡੇ ਕਾਜੂ ਕਿਸ਼ਮਿਸ਼ ਪਾਇਆ, ਅਦਰਸ ਕਹਿ ਲਓ ਅਦਰਸ ਉਹ ਵੀ 250 ਗ੍ਰਾਮ ਪਾ ਦਿੱਤਾ, ਠੀਕ ਹੈ। ਪਲੱਸ ਪਾਣੀ ਵੀ ਪਾਉਣਾ ਪੈਣਾ ਸਟਾਰਟ ਚ, ਤੋ ਪਾਣੀ ਪਾ ਦਿੱਤਾ ਕਿੰਨਾ 250 ਗ੍ਰਾਮ। ਇਹਨਾਂ ਨੂੰ ਮਿਲਾ ਕੇ ਅਸੀਂ ਸਮਾਨ ਕੜਾਹ ਬਣਾਇਆ, ਤੋ ਉਮੀਦ ਕਰਦੇ ਹਾਂ ਕਿ ਜਦੋਂ ਕੜਾਹ ਬਣ ਜਾਏਗਾ ਤਾਂ ਉਹਦਾ ਟੋਟਲ ਮਾਸ ਕਿੰਨਾ ਹੋਏਗਾ। ਕਰੋ ਸਮ, 2.5 ਕਿਲੋ ਤਾਂ ਨਹੀਂ ਹੋਊ? ਨਹੀਂ, 2.5 ਕਿਲੋ ਘੱਟ ਹੋਏ, 2 ਕਿਲੋ
ਅੱਧਾ ਅੱਧਾ ਕਿਲੋ ਦੋ ਵਾਰੀ ਹੈ, ਤਿੰਨ ਵਾਰੀ ਨਹੀਂ ਹੈ। ਤੋ ਕਿਲੋ ਉਹ ਬਣ ਗਿਆ ਤੇ 750 ਗ੍ਰਾਮ ਉਹ ਬਣ ਗਿਆ, 1 kg 750 ਗ੍ਰਾਮ ਹੋ ਗਿਆ ਕੰਮ, ਹੈ ਨਾ। ਪਰ ਜਦੋਂ ਕੜਾਹ ਐਨ ਤਿਆਰ ਤਿਉਰ ਕਰਕੇ ਪੂਰਾ ਤਿਆਰ ਕਰ ਲਿਆ, ਕਿਸੇ ਨੇ ਕੁਛ ਖਾਧਾ ਨਹੀਂ, ਕੁਛ ਨਹੀਂ ਹੱਥ ਮਾਰਿਆ ਵਿੱਚ, ਕੈਲਕੂਲੇਸ਼ਨ ਪੂਰੀ ਸਹੀ ਕੀਤੀ ਹੈ ਤੇ ਕੜਾਹ ਬਣ ਗਿਆ, ਤੇ ਆਪਾਂ ਕਿਹਾ ਚਲੋ ਇਹਦਾ ਭਾਰ ਮਾਫੀਏ। ਹੁਣ ਉਮੀਦ ਤਾਂ ਕਰਦੇ ਸੀ ਵੀ 1 kg 750 ਗ੍ਰਾਮ ਹੋਊ, ਪਰ ਉਹ 1 kg 750 ਗ੍ਰਾਮ ਨਹੀਂ ਆਇਆ, ਉਹ ਆਇਆ 1 kg ਮੰਨ ਲਓ 500 ਗ੍ਰਾਮ, ਹੈ ਨਾ, ਜਾਂ 1 kg 600 ਗ੍ਰਾਮ, ਏਦਾਂ ਕਹਿ ਦਿਓ। ਹੁਣ ਚਿੰਤਾ ਹੋ ਗਈ ਵੀ ਗਿਆ ਕਿੱਥੇ, ਸਾਡੇ ਸਾਹਮਣੇ ਦਾ ਸਾਰਾ ਕੰਮ ਹੋਇਆ, ਨਾ ਕੋਈ ਆਇਆ, ਨਾ ਕਿਸੇ ਨੇ ਖਾਧਾ, ਨਾ ਮੈਂ ਖਾਧਾ ਕੋਈ ਐਕਸਟਰਾ, ਸਭ ਕੁਛ ਦਾ ਸਮਾਨ ਕੜਾਹੀ ਚ ਪਾ ਕੇ ਬਣਾਇਆ, ਕਿ ਖਤਮ ਕਿੱਥੇ ਹੋ ਗਿਆ। ਏਦਾਂ ਹੁੰਦਾ ਵਾ ਐਕਚੁਅਲੀ, ਧਿਆਨ ਦਿਓ ਜਦੋਂ ਕੜਾਹ ਬਣਨਾ ਨਾ ਪਾਣੀ ਪਾ ਕੇ, ਤਾਂ ਕੁਛ ਪਾਣੀ ਨੇ ਕੀ ਹੋ ਜਾਣਾ, ਇਵੈਪੋਰੇਟ ਨਹੀਂ ਹੋਣਾ, ਭਾਫ ਬਣਨੀ ਹੈ, ਉਹ ਆਪਾਂ ਧਿਆਨ ਹੀ ਨਹੀਂ ਦਿੱਤਾ, ਹੈ ਨਾ, ਮਤਲਬ ਐਵਪੋਰੇਸ਼ਨ ਹੋ ਰਹੀ ਜਿਹੜੀ। ਮਤਲਬ ਜਦੋਂ ਬਹੁਤ ਸਾਰੇ ਇਨਗਰੀਡੀਐਂਟਸ ਮਿਲ ਕੇ ਕੋਈ ਸਿਸਟਮ ਬਣਾਉਂਦੇ ਆ, ਇੱਕ ਸਿਸਟਮ ਮਿਕਸ ਹੋ ਕੇ, ਤਾਂ ਇੱਥੇ ਤਾਂ ਆਪਾਂ ਕਿਹਾ ਵੀ ਪਾਣੀ ਹਵਾ ਚ ਉੱਡ ਗਿਆ, ਐਵੈਪੋਰੇਟ ਹੋ ਗਿਆ, ਤਾਂ ਸਿਸਟਮ ਚੋਂ ਐਨਰਜੀ ਬਾਹਰ ਨਿਕਲਦੀ, ਔਰ ਐਨਰਜੀ ਵੀ ਮਾਸ ਦਾ ਹੀ ਇੱਕ ਰੂਪ ਹੈ, MC² E=MC². ਤੋ ਜਿਹੜਾ ਮਾਸ ਡਿਫੈਕਟ ਦਾ ਕਨਸੈਪਟ ਹੈ ਉਹ ਵੀ ਇਹੀ ਹੈ ਕਿ ਜਦੋਂ ਅਸੀਂ ਆ ਦੇਖੋ ਆ ਲੈ ਵੀਓ ਨਾ, ਆਪਾਂ ਨਿਊਕਲੀਅਸ ਬਣ ਗਿਆ, ਇਹ ਨਿਊਕਲੀਅਸ ਬਣ ਚੁੱਕਾ, ਪਰ ਇਸ ਨਿਊਕਲੀਅਸ ਨੂੰ ਬਣਾਉਣ ਲਈ ਜ਼ੈਡ ਪ੍ਰੋਟੋਨਸ ਤੇ A-Z ਨਿਊਟ੍ਰੋਨਸ ਮਿਲ ਕੇ ਬਣਿਆ ਹੈ ਨਿਊਕਲੀਅਸ, ਹੈ ਨਾ। ਜੇ ਇਸ ਨਿਊਕਲੀਅਸ ਚ ਜ਼ੈਡ ਪ੍ਰੋਟੋਨਸ ਹੈ ਤਾਂ MP ਹੈ ਮਾਸ ਆਫ ਪ੍ਰੋਟੋਨ। ਹੁਣ ਆਪਾਂ ਮਾਸ ਆਫ ਪ੍ਰੋਟੋਨ ਅਲੱਗ ਲੈਣਾ ਨਿਊਟ੍ਰੋਨ ਨਾਲ, ਮਾਸ ਆਫ ਨਿਊਟ੍ਰੋਨ ਤਾਂ ਅਗਰ ਇਸ ਨਿਊਕਲੀਅਸ ਦੇ ਅੰਦਰ ਜ਼ੈਡ ਪ੍ਰੋਟੋਨਸ ਹੈ ਤੇ ਜ਼ੈਡ ਪ੍ਰੋਟੋਨਸ ਕਰਕੇ ਟੋਟਲ ਮਾਸ ਹੋਣਾ ਚਾਹੀਦਾ ZMP, ਤੇ ਅਗਰ ਇਸ ਨਿਊਕਲੀਅਸ ਦੇ ਅੰਦਰ A-Z ਨਿਊਟ੍ਰੋਨਸ ਹੈ ਤਾਂ ਆ ਨਿਊਟ੍ਰੋਨਸ ਦਾ ਮਾਸ ਹੋਣਾ ਚਾਹੀਦਾ, ਇਹ ਪ੍ਰੋਟੋਨਸ ਦਾ, ਇਹ ਬਣੇ ਹੋਏ ਨਿਊਕਲੀਅਸ ਦਾ ਮਾਸ ਹੋਣਾ ਚਾਹੀਦਾ, ਕਿਉਂਕਿ ਇਹ ਚ ਜ਼ੈਡ ਪ੍ਰੋਟੋਨਸ ਹੈ A-Z। ਪਰ ਜਦੋਂ ਨਿਊਕਲੀਅਸ ਬਣ ਗਿਆ ਤਾਂ ਇਸ ਬੜੇ ਨਿਊਕਲੀਅਸ ਦਾ ਮਾਸ ਜਦੋਂ ਨੋਟ ਕੀਤਾ ਗਿਆ, ਇਹ ਨਿਊਕਲੀਅਸ ਦਾ ਮਾਸ ਹੈ, ਇਹਨਾਂ ਤੋਂ ਬਣੇ। ਅਸੀਂ ਉਮੀਦ ਕਰਦੇ ਸੀਗੇ ਕਿ ਮਾਸ ਹੋਏਗਾ ਇੰਨਾ, ਪਰ ਬਣੇ ਨਿਊਕਲੀਅਸ ਦਾ ਮਾਸ ਜਿਹੜਾ ਆਇਆ ਇੰਨਾ, ਔਰ ਬਣੇ ਨਿਊਕਲੀਅਸ ਦਾ ਮਾਸ ਉਮੀਦ ਵਾਲੇ ਮਾਸ ਨਾਲੋਂ ਥੋੜਾ ਘੱਟ ਹੈ, ਫਰਕ ਹੈ। ਜਿੰਨਾ ਉਮੀਦ ਕਰ ਰਹੇ ਸੀ ਮਾਸ ਦੀ ਉਨਾ ਨਹੀਂ ਹੈ, ਉਸ ਤੋਂ ਘੱਟ ਹੈ, ਤਾਂ ਉਸ ਡਿਫਰੈਂਸ ਨੂੰ ਅਸੀਂ ਕੀ ਕਹਿੰਦੇ ਹਾਂ, ਮਾਸ ਡਿਫੈਕਟ, ਮਾਸ ਡਿਫੈਕਟ। ਤਾਂ ਜਦੋਂ ਕੋਈ ਸਿਸਟਮ ਬਣਦਾ ਨਾ, ਇੱਕ ਸਿਸਟਮ ਬਣਦਾ, ਬਹੁਤ ਸਾਰੇ ਪਾਰਟੀਕਲਸ ਨੂੰ, ਬਹੁਤ ਸਾਰੇ
ਆਬਜੈਕਟਸ ਨੂੰ ਮਿਲਾ ਕੇ ਸਿੰਗਲ ਸਿਸਟਮ ਬਣਦਾ ਤਾਂ ਟੋਟਲ ਮਾਸ ਚ ਥੋੜਾ ਫਰਕ ਆ ਜਾਂਦਾ। ਉਹ ਜਿਹੜਾ ਫਰਕ ਆਇਆ ਉਹ ਬੇਸਿਕਲੀ ਕਿਉਂ ਆਇਆ, ਕਿਉਂਕਿ ਸਿਸਟਮ ਬਣਨ ਦੇ ਦੌਰਾਨ ਕੁਛ ਐਨਰਜੀ ਬਾਹਰ ਨਿਕਲਦੀ ਔਰ ਉਹ ਐਨਰਜੀ ਜਿੰਨੀ ਬਾਹਰ ਨਿਕਲੇਗੀ ਉਨਾ ਮਜ਼ਬੂਤ ਸਿਸਟਮ ਬਣੇਗਾ, ਜਿੰਨੀ ਘੱਟ ਐਨਰਜੀ ਬਾਹਰ ਨਿਕਲੇਗੀ ਉਨਾ ਵੀਕ ਹੋਏਗਾ। ਤੋ ਹੁਣ ਆਪਾਂ ਹਲੇ ਇਸ ਗੱਲ ਤੇ ਰਹੀਏ ਕਿ ਮਾਸ ਡਿਫੈਕਟ ਹੈ ਕੀ। ਤੋ ਮਾਸ ਡਿਫੈਕਟ ਕੀ ਹੈ ਪੁੱਤ? ਤੋ ਲਿਖੋ, ਇਟ ਇਜ਼ ਦਾ ਡਿਫਰੈਂਸ, ਇਟ ਇਜ਼ ਦਾ ਡਿਫਰੈਂਸ ਇਨ sum of masses of constituent particles of the nucleus and mass of the nucleus form. Mass of the nucleus formed. So nucleus jo bane hai. ਹੁਣ ਬੇਟਾ ਆਹੀ ਐਕਸਪ੍ਰੈਸ਼ਨ ਆ ਗਈ, ਆਹ ਸਾਈਡ ਤੇ ਨੋਟ ਕਰਕੇ ਆਹ ਐਕਸਪ੍ਰੈਸ਼ਨ ਲਿਖਦੀ ਹੈ ਮਾਸ ਇਫੈਕਟ। ਜਦੋਂ ਵੀ ਮਾਸ ਇਫੈਕਟ ਨਿਕਾਲਣਾ ਤੇ ਇਹ ਫਾਰਮੂਲਾ ਤੁਹਾਡਾ ਕੰਮ ਹੈ। ਜਿੰਨਾ ਜ਼ਿਆਦਾ ਮਾਸ ਡਿਫੈਕਟ ਹੋਏਗਾ ਉਹਦਾ ਮਤਲਬ ਸਮਝ ਆਇਓ ਵੀ ਸਿਸਟਮ ਬਣਨ ਦੇ ਦੌਰਾਨ ਉਨੀ ਜ਼ਿਆਦਾ ਐਨਰਜੀ ਰਿਲੀਜ਼ ਹੋਈ ਹੈ, ਸਿਸਟਮ ਮਜ਼ਬੂਤ ਬਣਿਆ, ਸਟਰੋਂਗ ਬਣਿਆ। ਔਰ ਜਿੰਨਾ ਮਾਸ ਡਿਫੈਕਟ ਘੱਟ ਹੋਏਗਾ ਸਮਝ ਜਾਣਾ ਕਿ ਉਨੀ ਘੱਟ ਐਨਰਜੀ ਰਿਲੀਜ਼ ਹੋਈ ਹੈ ਤਾਂ ਸਿਸਟਮ ਉਨਾ ਸਟਰੋਂਗ ਨਹੀਂ ਹੈ, ਥੋੜ੍ਹਾ ਵੀਕ ਹੈ, ਆਸਾਨੀ ਨਾਲ ਟੁੱਟ ਜਾਏਗਾ ਦੁਬਾਰਾ। ਜਿਹੜਾ ਸਮਾਲ ਐਨ ਹੈ ਉਹ ਨਿਊਟ੍ਰੋਨ ਲਈ ਹੈ, ਜਿਹੜਾ ਕੈਪੀਟਲ ਐਨ ਹੈ ਉਹ ਨਿਊਕਲੀਅਸ ਲਈ ਹੈ। ਥੋੜਾ ਧਿਆਨ ਰੱਖਿਓ ਨਾ, ਬਾਈਂਡਿੰਗ ਐਨਰਜੀ ਬੇਸਿਕਲੀ ਕੀ ਹੈ ਲਿਖੋ, ਇਟ ਇਜ਼ ਦਾ ਅਮਾਊਂਟ
amount of energy released during the formation of the nucleus. Nucleus ਦੇ ਬਣਨ ਦੇ ਦੌਰਾਨ ਜਿੰਨੀ energy release ਹੋਈ, or it is equivalent to mass defect. Or ਤੀਸਰਾ ਇਦਾਂ ਵੀ ਲਿਖ ਸਕਦੇ ਹਾਂ, it is the energy required to split the nucleus into its constituent nucleons. तो देखो गल नूं समझो कि अगर न्यूक्लियोन्स नूं एक जगह इकट्ठा करन च, मतलब न्यूक्लियस बनाने च एनर्जी बाहर निकलेगी, तो उन्हां नूं वापस अलग अलग करने लिए उही एनर्जी, उन्नी एनर्जी की है देनी पैनी है, सप्लाई करनी पैनी है ना, चाहिए है। तो बाइंडिंग एनर्जी नूं कई तरह नाल डिस्कस करते हैं। तो क्योंकि बाइंडिंग एनर्जी आई कितों, क्योंकि मास घट गया, तो जिन्ना मास घट गया उन्हों मास डिफेक्ट गया सी, तो वो मास डिफेक्ट मास घट के गया किथे, एनर्जी दी फॉर्म च निकल गया बाहर, उस बाहर निकली एनर्जी नूं असीं बाइंडिंग एनर्जी कहने हैं। तो बाइंडिंग एनर्जी डेल्टा एम सी स्क्वायर, डेल्टा एम सी स्क्वायर, ZMP plus A minus ZMN minus ठीक है, अच्छा ते नाल इते C square आ गया है ना। हुण पुत ਸਾਨੂੰ ਪਤਾ ਵਾ ਕਿ ਨਿਊਕਲੀਅਸ
ਐਟਮ ਦਾ ਪਾਰਟ ਹੈ ਤੇ ਜਿਸ ਐਟਮ ਦਾ ਨਿਊਕਲੀਅਸ ਪਾਰਟ ਹੈ ਉਸ ਐਟਮ ਦੇ ਅੰਦਰ ਨਿਊਕਲੀਅਸ ਦੇ ਬਾਹਰ ਇਲੈਕਟ੍ਰੋਨਸ ਵੀ ਹੁੰਦੇ ਆ। ਕਿੰਨੇ ਹੁੰਦੇ ਆ? ਜਿੰਨੇ ਪ੍ਰੋਟੋਨਸ ਹੁੰਦੇ ਆ। ਪ੍ਰੋਟੋਨਸ ਕਿੰਨੇ ਹੁੰਦੇ ਆ? ਜ਼ੈਡ ਦੇ ਬਰਾਬਰ। ਇਹਦਾ ਮਤਲਬ ਅਗਰ ਮੈਂ ਇਸ ਫਾਰਮੂਲਾ ਚ z ਪ੍ਰੋਟੋਨ ਇਲੈਕਟ੍ਰੋਨ ਦਾ ਮਾਸ ਵੀ ਐਡ ਕਰਦਾ, ਇਲੈਕਟ੍ਰੋਨ ਵੀ ਨਾਲ ਕੰਸਿਡਰ ਕਰ ਲਾ, ਤਾਂ ਜਿੰਨੇ ਇਲੈਕਟ੍ਰੋਨ ਦਾ ਮਾਸ ਮੈਂ ਇੱਥੇ ਐਡ ਕੀਤਾ ਉੱਥੇ ਮੈਨੂੰ ਮਾਈਨਸ ਕਰਨਾ ਪੈਣਾ ਤਾਂ ਕਿ ਬੈਲੈਂਸ ਰਹੇ ਕੰਮ। ਅੱਛਾ, ਹੁਣ z ਮਾਈਨਸ ਮਾਈਨਸ ਕਾਮਨ ਆ ਗਿਆ, ਨਿਊਕਲੀਅਸ ਪਲੱਸ। ਹੁਣ ਦੇਖਿਓ ਇੱਧਰ, ਇੱਕ ਪ੍ਰੋਟੋਨ ਤੇ ਇੱਕ ਇਲੈਕਟ੍ਰੋਨ ਮਿਲ ਕੇ ਬਣਾਉਂਦੇ ਆ ਹਾਈਡਰੋਜਨ ਐਟਮ। ਇਹਦਾ ਮਤਲਬ ਆ ਜਿਹੜੀ ਅੰਡਰਲਾਈਨ ਮੈਂ ਕਰਨ ਲੱਗਾ ਟਰਮ, ਇਹਨੂੰ ਆਪਾਂ ਮਾਸ ਆਫ ਹਾਈਡਰੋਜਨ ਐਟਮ ਲਿਖ ਸਕਦੇ ਪਲੱਸ। ਜਦੋਂ ਕਿਸੇ ਨਿਊਕਲੀਅਸ ਦੇ ਨਾਲ ਇਲੈਕਟ੍ਰੋਨਸ ਆ ਕੇ ਜੁੜ ਜਾਣ ਤਾਂ ਉਹ ਐਟਮ ਬਣ ਜਾਂਦਾ, ਉਹ ਐਟਮ ਇਹ ਬਣ ਜਾਣਾ ਮਾਸ ਆਫ ਐਟਮ। ਐਮ ਐਚ ਦੀ ਵੈਲਿਊ ਮਾਸ ਆਫ ਹਾਈਡਰੋਜਨ ਐਟਮ ਹੈ, ਇਕੱਲਾ ਐਮ ਮਾਸ ਆਫ ਐਟਮ। ਕਿਹੜਾ ਐਟਮ? ਜਿਸਦੇ ਨਿਊਕਲੀਅਸ ਦੀ ਗੱਲ ਹੋ ਰਹੀ, ਜਿਸਦੇ ਨਿਊਕਲੀਅਸ ਦੀ ਗੱਲ ਹੋ ਰਹੀ ਉਹ ਵਾਲਾ ਐਟਮ। ਤੁਹਾਨੂੰ ਮੈਂ ਥੋੜਾ ਜਿਹਾ ਬੇਸਿਕ ਆਈਡੀਆ ਦੱਸਿਆ ਸੀ ਕਿ ਜਿਹੜੀ ਮਾਸ ਡਿਫੈਕਟ ਹੈ, ਬਾਈਂਡਿੰਗ ਐਨਰਜੀ ਹੈ, ਜਿੰਨਾ ਜ਼ਿਆਦਾ ਮਾਸ ਡਿਫੈਕਟ ਹੋਏਗਾ, ਜਿੰਨੀ ਜ਼ਿਆਦਾ ਬਾਈਂਡਿੰਗ ਐਨਰਜੀ ਹੋਏਗੀ ਸਿਸਟਮ ਉਨਾ ਸਟੇਬਲ ਹੋਏਗਾ। ਪਰ ਇੱਕ ਰਫ ਆਈਡੀਆ ਵਾ, ਰਫ ਐਗਜੈਕਟ ਆਈਡੀਆ ਕੀ ਹੈ ਪੁੱਤ, ਵੀ ਅਗਰ ਤੁਸੀਂ ਵਾਕਈ ਦੇਖਣਾ ਚਾਹੁੰਦੇ ਆ ਕਿ ਸਿਸਟਮ ਸਟੇਬਲ ਹੋਏਗਾ ਕਿ ਨਹੀਂ, ਦੇਖੋ ਪਰ ਨਿਊਕਲੀਅਸ
ਮਤਲਬ ਜਦੋਂ ਇੱਕ ਨਿਊਕਲੀਅਸ ਬਣਿਆ, ਜਦੋਂ ਨਿਊਕਲੀਅਸ ਦੀ ਫਾਰਮੇਸ਼ਨ ਹੋਈ ਤਾਂ ਜਿੰਨੀ ਟੋਟਲ ਐਨਰਜੀ ਰਿਲੀਜ਼ ਹੋਈ ਉਹ ਹੈ ਬਾਈਂਡਿੰਗ ਐਨਰਜੀ। ਅਗਰ ਉਸ ਰਿਲੀਜ਼ ਹੋਈ ਬਾਈਂਡਿੰਗ ਐਨਰਜੀ ਨੂੰ ਬਣੇ ਹੋਏ ਨਿਊਕਲੀਅਸ ਦੇ ਮਾਸ ਨੰਬਰ ਨਾਲ ਡਿਵਾਈਡ ਕਰ ਦਿੱਤਾ ਜਾਏ ਤਾਂ ਉਹਨੂੰ ਕਹਿੰਦੇ ਹਾਂ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ। ਤਾਂ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਕਿੱਦਾਂ ਕੈਲਕੂਲੇਟ ਹੁੰਦੀ ਹੈ? ਬਾਈਂਡਿੰਗ ਐਨਰਜੀ ਡਿਵਾਈਡਡ ਬਾਏ ਇਟਸ ਮਾਸ ਨੰਬਰ। ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਇਜ਼ ਡਿਫਾਈਂਡ ਐਜ਼ ਐਵਰੇਜ ਐਨਰਜੀ ਰਿਕੁਆਇਰਡ ਟੂ ਰਿਮੂਵ ਵਨ ਨਿਊਕਲੀਓਨ ਫਰੋਮ ਦਾ ਨਿਊਕਲੀਅਸ। ਨਿਊਕਲੀਅਸ ਚੋਂ ਇੱਕ ਨਿਊਕਲੀਓਨ ਨੂੰ ਬਾਹਰ ਕੱਢਣ ਲਈ ਜਿਹੜੀ ਐਵਰੇਜ ਐਨਰਜੀ ਚਾਹੀਦੀ ਹੈ ਉਹ ਹੈ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ। ਔਰ ਇਹਨੂੰ ਕੈਲਕੂਲੇਟ ਕਿੱਦਾਂ ਕਰਨਾ? ਟੋਟਲ ਬਾਈਂਡਿੰਗ ਐਨਰਜੀ ਨੂੰ ਮਾਸ ਨੰਬਰ ਨਾਲ ਡਿਵਾਈਡ ਕਰ, ਯਾਦ ਰੱਖੋ ਇਹ। ਔਰ ਦੂਸਰੀ ਗੱਲ ਦੇਖੋ, ਸਿਗਨੀਫਿਕੈਂਸ ਆਫ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ। ਹਾਇਰ ਦਾ ਵੈਲਿਊ ਆਫ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ, ਹਾਇਰ ਦਾ ਵੈਲਿਊ ਆਫ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ, ਮੋਰ ਸਟੇਬਲ ਦਾ ਨਿਊਕਲੀਅਸ ਵਿਲ ਬੀ। ਕਿਹੜਾ ਨਿਊਕਲੀਅਸ ਜ਼ਿਆਦਾ ਸਟਰੋਂਗ ਹੈ, ਕਿਹੜਾ ਨਿਊਕਲੀਅਸ ਜ਼ਿਆਦਾ ਸਟੇਬਲ ਹੈ, ਇਹਦੀ ਪਹਿਚਾਣ ਐਗਜੈਕਟਲੀ ਕਿੱਥੋਂ ਹੁੰਦੀ ਹੈ? ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਦੀ ਵੈਲਿਊ। ਟੋਟਲ ਬਾਈਂਡਿੰਗ ਐਨਰਜੀ ਤੋਂ ਨਹੀਂ ਹੁੰਦੀ, ਉੱਥੋਂ ਰਫ ਆਈਡੀਆ ਮਿਲਦਾ, ਬਟ ਐਗਜੈਕਟਲੀ ਟੋਟਲ ਬਾਈਂਡਿੰਗ ਐਨਰਜੀ ਦੀ ਜਗ੍ਹਾ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਦੱਸਦੀ ਹੈ ਵੀ ਕਿਹੜਾ ਨਿਊਕਲੀਅਸ ਜ਼ਿਆਦਾ ਸਟੇਬਲ। ਅੱਛਾ, ਇੱਕ ਹੋਰ ਗੱਲ ਨੋਟ ਕਰੋ, ਦੇਖੋ ਅਗਰ ਤੁਹਾਡੇ ਸਾਹਮਣੇ ਆ ਸਿਚੁਏਸ਼ਨ ਹੈ
ਕਿਉਂਕਿ ਸਾਨੂੰ ਪਤਾ ਵਾ E is equal to LC square. ਅਗਰ ਮਾਸ ਦੀ ਵੈਲਿਊ ਹੈ ਜਿਹਨੂੰ ਪਹਿਲਾਂ ਕਹਿੰਦਾ ਹੁੰਦੇ ਸੀ 1 AMU, ਅੱਜ ਕੱਲ ਉਹਨੂੰ ਕੀ ਕਹਿ ਰਹੇ ਹਾਂ 1 U. ਯੂ ਕਾਹਦਾ ਯੂਨਿਟ ਹੈ? ਯੂਨੀਫਾਈਡ ਮਾਸ ਯੂਨਿਟ. ਔਰ ਯੂ ਦੀ ਵੈਲਿਊ 1.67 × 10⁻²⁷ kg. ਤੋ ਮੰਨ ਲਓ ਜਿਹੜਾ ਮਾਸ ਹੈ ਉਹ ਕਿੰਨਾ ਗਾਇਬ ਹੋ ਗਿਆ, ਖਤਮ ਹੋ ਗਿਆ, ਘੱਟ ਗਿਆ? ਸਿਰਫ 1 U ਘਟਿਆ ਮਾਸ, ਮਤਲਬ 1 ਕਿਲੋਗ੍ਰਾਮ ਮਾਸ ਘਟਿਆ. ਤਾਂ ਕਿੰਨੀ ਐਨਰਜੀ ਪੈਦਾ ਹੋਏਗੀ? ਸੋ ਦੇਅਰਫੋਰ E is equal to ਸਮਝਣ ਵਾਲੀ ਗੱਲ ਕੀ ਹੈ ਤੁਹਾਡੇ ਲਈ? ਅਗਰ ਮਾਸ ਗਾਇਬ ਹੋ ਗਿਆ, ਖਤਮ ਹੋ ਗਿਆ, ਡਿਸਅਪੀਅਰ ਹੋ ਗਿਆ, ਕਿੰਨਾ 1 U, ਤਾਂ ਉਹਦੀ ਜਗ੍ਹਾ ਕਿੰਨੀ ਐਨਰਜੀ ਪੈਦਾ ਹੁੰਦੀ ਹੈ? 931.5 MeV. ਮਤਲਬ 1 U ਦੀ ਵੈਲਿਊ ਐਨਰਜੀ ਦੀ ਟਰਮ ਚ ਇੰਨੀ ਹੈ. ਇਹ ਨਿਊਮੈਰੀਕਲ ਚ ਯੂਜ ਹੋਣਾ ਮਤਲਬ ਇੰਪੋਰਟੈਂਟ ਹੈ।
ਹੁਣ ਜਿਹੜਾ ਨੈਕਸਟ ਟੌਪਿਕ ਆਪਾਂ ਕਰਾਂਗੇ ਮੰਡੇ ਨੂੰ, ਲਿਖੋ ਹੈਡਿੰਗ ਬਾਈਂਡਿੰਗ ਐਨਰਜੀ ਵੇਰੀਏਸ਼ਨ ਆਫ, ਹੈਡਿੰਗ ਲਿਖਿਓ ਵੇਰੀਏਸ਼ਨ ਆਫ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਵਿਦ ਮਾਸ ਨੰਬਰ। ਕਿਉਂਕਿ ਆਪਾਂ ਇਹ ਦੇਖ ਚੁੱਕੇ ਹਾਂ ਕਿ ਜਦੋਂ ਕੋਈ ਨਿਊਕਲੀਅਸ ਬਣਦਾ ਹੈ ਨਾ ਉੱਤੇ ਤਾਂ ਐਨਰਜੀ ਰਿਲੀਜ਼ ਹੁੰਦੀ ਹੈ, ਔਰ ਜਿਹੜੀ ਟੋਟਲ ਐਨਰਜੀ ਬਣਨ ਚ ਰਿਲੀਜ਼ ਹੋਈ ਉਹ ਤਾਂ ਹੈ ਬਾਈਂਡਿੰਗ ਐਨਰਜੀ। ਪਰ ਬਾਈਂਡਿੰਗ ਐਨਰਜੀ ਪਰ ਨਿਊਕਲੀਅਸ ਕੱਢਣ ਲਈ ਕੀ ਕਰਨਾ, ਹਮੇਸ਼ਾ ਉਸ ਬਣੇ ਹੋਏ ਨਿਊਕਲੀਅਸ ਦੀ ਬਾਈਂਡਿੰਗ ਐਨਰਜੀ ਨੂੰ ਉਸ ਨਿਊਕਲੀਅਸ ਦੇ ਮਾਸ ਨੰਬਰ ਨਾਲ ਡਿਵਾਈਡ ਕਰਨਾ। ਔਰ ਇਸ ਟਰਮ ਦਾ ਸਿਗਨੀਫਿਕੈਂਸ ਇਸ ਕਰਕੇ ਹੈ ਕਿਉਂਕਿ ਜਿਸ ਨਿਊਕਲੀਅਸ ਦੀ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਜਿੰਨੀ ਜ਼ਿਆਦਾ ਹੋਏਗੀ ਉਹ ਉਨਾ ਜ਼ਿਆਦਾ ਸਟੇਬਲ ਹੋਏਗਾ, ਔਰ ਜਿੰਨੀ ਘੱਟ ਹੋਏਗੀ ਉਨਾ ਲੀਸਟ ਸਟੇਬਲ ਹੋਏਗਾ, ਘੱਟ ਸਟੇਬਲ ਹੋਏਗਾ। ਔਰ ਸਾਰੇ ਨਿਊਕਲੀਆਈ ਜਿੰਨੇ ਵੀ ਨਿਊਕਲੀਆਈ ਐਗਜ਼ਿਸਟ ਕਰਦੇ ਆ, 700-800 ਨੰਬਰ ਹੈ ਉਹਨਾਂ ਦਾ, ਹਰ ਨਿਊਕਲੀਆਈ ਜਿਹੜਾ ਵਾ ਉਹਦੀ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਅਲੱਗ ਅਲੱਗ। ਪਰ ਜਦੋਂ ਅਸੀਂ ਇਹ ਸਾਰੀ ਵੇਰੀਏਸ਼ਨ ਵਾਲਾ ਗ੍ਰਾਫ ਬਣਾਵਾਂਗੇ ਤਾਂ ਤੁਸੀਂ ਨੋਟ ਕਰੋਗੇ ਕਿ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮੋਸਟ ਸਟੇਬਲ ਨਿਊਕਲੀਆਈ ਕੌਣ ਹੈ ਜਾਂ ਨਿਊਕਲੀਅਸ ਕੌਣ ਹੈ, ਉਹ ਹੈ ਆਇਰਨ ਦਾ ਨਿਊਕਲੀਅਸ, ਜਿਹਦੀ ਬਾਈਂਡਿੰਗ ਐਨਰਜੀ ਪਰ ਨਿਊਕਲੀਓਨ ਮੈਕਸੀਮਮ। ਬਾਕੀ ਜਿਹੜੇ ਨਿਊਕਲੀਆਈ ਹੈ ਉਹ ਆਇਰਨ ਤੋਂ ਥੋੜ੍ਹਾ ਘੱਟ ਸਟੇਬਲ ਹੈ। ਤੋ ਹੁਣ ਉਹ ਗ੍ਰਾਫ ਜਿਹੜਾ ਵਾ ਉਹ ਤਾਂ ਆਪਾਂ ਮੰਡੇ ਕਰਾਂਗੇ। ਤੋ ਆਹ ਜਿਹੜੀਆਂ ਡੈਰੀਵੇਸ਼ਨ ਕੀਤੀਆਂ, ਆਹ ਰਿਜ਼ਲਟ ਜਿਹੜਾ ਵਾ ਇਹ ਬੜਾ ਇੰਪੋਰਟੈਂਟ, ਇਹਨੂੰ ਭੁੱਲਿਓ ਨਾ, ਠੀਕ ਹੈ।